वेलकम टू माय यूट्यूब चैनल। आई होप के सारे वधिया होवोगे। ਆਪਾਂ ਵੀਡੀਓ ਅੱਜ ਅਪਲੋਡ ਕਰਤੀ, ਜਾ ਕੇ ਚੈੱਕ ਕਰਿਓ। ਆਪਣਾ ਵਰਨਾ ਦਾ ਪਾਰਟ 2 ਤੇ ਕੀ ਕੁਝ ਲਗਵਾਇਆ ਮੋਡੀਫਿਕੇਸ਼ਨ ਦੇ ਵਿੱਚ, ਉਹਦਾ ਆਪਾਂ ਸਾਰਾ ਮੈਂਸ਼ਨ ਕੀਤਾ ਆ। ਤੇ ਅੱਜ ਆਪਾਂ ਆਪਣੀ ਵਰਨਾ ਨੂੰ ਲੈਣ ਆਏ ਸੀਗੇ। ਵਰਨਾ ਦਾ ਐਂਪਲੀਫਾਇਰ ਸੀਗਾ ਜਿਹੜਾ, ਉਹਦਾ ਕੰਟਰੋਲਰ ਸੀਗਾ, ਉਹ ਥੋੜਾ ਜਿਹਾ ਪ੍ਰੋਬਲਮ ਆ ਗਈ ਸੀ ਤੇ ਉਹ ਆਪਾਂ ਠੀਕ ਕਰਵਾ ਲਿਆ। ਤੇ ਅੱਜ ਆਪਾਂ ਆਏ ਹੋਏ ਸੀ ਸ਼ਾਪ ਤੇ ਵਿਨੇ ਹੋਣੀ ਅੱਜ ਇੱਕ ਹੋਰ ਧਮਾਕਾ ਕਰਨ ਲੱਗੇ ਨੇ। SQ ਸੈਟਅਪ ਲਾਉਣ ਲੱਗੇ ਨੇ ਮਹਿੰਦਰਾ ਦੀ ਥਾਰ ਦੇ ਵਿੱਚ 2022 ਮਾਡਲ 'ਚ। ਬਲੈਕ ਕਲਰ ਦੀ ਥਾਰ ਆ, ਉਹਦੇ ਵਿੱਚ ਮਿਊਜ਼ਿਕ ਸੈਟਅਪ ਇੰਸਟਾਲ ਕਰਨ ਜਾ ਰਹੇ ਨੇ। ਕੀ ਇੰਸਟਾਲ ਹੋ ਰਿਹਾ ਆਪਾਂ ਉਹ ਵੀਡੀਓ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੀ ਪ੍ਰਾਈਸ ਹੋਊਗਾ ਡਿਸਕ੍ਰਿਪਸ਼ਨ ਦੇ ਵਿੱਚ ਦਵਾਂਗੇ ਤੁਹਾਨੂੰ। ਕੀ ਬ੍ਰਾਂਡ ਯੂਜ਼ ਕਰ ਰਹੇ ਹੋ ਉਹ ਵੀ ਡਿਟੇਲ ਬਾਈ ਦੱਸਾਂਗੇ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰ ਦਿਓ, ਕਮੈਂਟ ਕਰਨਾ ਨਾ ਭੁੱਲੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਆਪਾਂ ਹੁਣ ਇੰਸਟਾਗ੍ਰਾਮ ਤੇ ਜਿਹੜੀ ਇਹਦੀ ਆਊਟਪੁੱਟ ਆ, ਮੈਂ ਹਰ ਇੱਕ ਵੀਡੀਓ 'ਚ ਕਹਿਣਾ ਆ, ਉਹ ਪਾਉਣਾ ਆ। ਤੇ ਉਹਦੇ ਵਿੱਚ man_creators ਮੇਰਾ ਇੰਸਟਾਗ੍ਰਾਮ ਪੇਜ ਆ, musicworld.10 ਇਹਨਾਂ ਦਾ ਪੇਜ ਆ, ਉੱਥੇ ਜਾ ਕੇ ਫੋਲੋ ਕਰੋ। ਤੇ ਹੋਰ ਇਨਫੋਰਮੇਸ਼ਨ ਦੇ ਲਈ ਇਹਨਾਂ ਨਾਲ ਕੰਟੈਕਟ ਕਰ ਸਕਦੇ, ਇਹਨਾਂ ਦਾ ਨੰਬਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰਾਂਗਾ, ਜਾ ਕੇ ਕੰਟੈਕਟ ਕਰ ਸਕਦੇ। ਤੇ ਕਿਹੜੀ ਅਸੈਸਰੀ ਥਾਰ ਦੇ ਵਿੱਚ ਇੰਸਟਾਲ ਹੋਣ ਜਾ ਰਹੀ ਆ ਉਹ ਆਪਾਂ ਉਹਦੀ ਵੀਡੀਓ ਬਣਾਉਂਦੇ ਆ। ਤੇ ਦੱਸ ਦਿਓ ਤੁਹਾਨੂੰ ਕੀ ਆ ਤੇ ਕਿਹੜੀ ਕੰਪਨੀ ਦਾ ਐਂਪਾ, ਕਿਹੜੀ ਕੰਪਨੀ ਦਾ ਮਿਡਸ ਨੇ ਜਾਂ ਕੁਝ ਵੀ ਆ। थैंक यू। हाँ जी बिने साहब की हाल ने। आप एक नवी वीडियो बनाने जा रहे हैं अज थार के म्यूजिक सिस्टम की। थार गड्डी आ खड़ी जिदे सैटअप लगना। तो आप जिदा कि मैं दस्या वरना की आप लैन आए थे, डिलीवरी चकन आए थे। वरना का एम्प बिल्कुल सही हो गया बई अपना एम्प। ओके सो जो आप थार का सैटअप करना उसमें की चीज़ा इंस्टॉलेशन करनिया ने थोड़ी डिटेल च दसोगे। बेसिकली वैसे तो SQ सैटअप ही है, ठीक है जी। तो उस तो बाद आप मिड रेंज ला रहे हैं। ओके ओके DS18 की मिड रेंज है। ओके 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 140 RMS है। ओके 140 RMS दी मिड आप DS18 दी ला रहे हैं। मतलब कि किन्ने पेयर लगने ने DS18 दे? दो पेयर लगने हैं दे। ओके ठीक है, फ्रंट ते रियर। ओके फ्रंट ते रियर। ते उस तो बाद आप ਇਹਦੇ ਵਿੱਚ ਐਂਪਲੀਫਾਇਰ ਕਿਹੜਾ यूज कर रहे हैं? S&B ਦਾ 4 ਚੈਨਲ ਐਂਪਲੀਫਾਇਰ। ओके 9000 ਵਾਟ। एक बार आप ਇਹਦੀ ओवरलुक दिखा सकते अपने व्यूवर्स ਨੂੰ। ਸੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਮਿਡ ਰੇਂਜ ਨੇ ਜਿਹੜੇ ਦੋ ਪੇਅਰ ਲੱਗਣੇ ਨੇ। 18 DS18 140 RMS ਪਾਵਰ ਆ ਤੇ ਆ ਹੈਗਾ S&B ਦਾ। ਤੁਸੀਂ ਦੇਖ ਸਕਦੇ ਹੋ ਮੈਕਸ ਪਾਵਰ 9000 ਵਾਟ V12 S&B ਦਾ ਐਂਪਲੀਫਾਇਰ ਬਿਲਕੁਲ ਬ੍ਰੈਂਡ ਨਿਊ ਆ, ਇਹ ਲਾਉਣ ਜਾ ਰਹੇ ਨੇ। ਤੇ ਉਸ ਤੋਂ ਬਾਅਦ ਆਪਾਂ ਹੋਰ ਕੀ ਗੱਲ ਕਰੀਏ ਵੀਰੇ? ਮਿਊਜ਼ਿਕ ਤੋਂ ਬਾਅਦ ਆਪਾਂ ਇਹਦੇ ਵਿੱਚ ਜਿੱਦਾਂ ਕਿ ਕੈਮਰਾ ਵੀ ਦੇਖ ਪਾ ਰਿਹਾ ਮੈਂ, ਕੈਮਰਾ ਵੀ ਇੰਸਟਾਲ ਕਰਨਾ ਆ। ਓਕੇ ਇਹ ਥਾਰ ਦੇ ਵਿੱਚ ਮਹਿੰਦਰਾ ਥਾਰ ਪ੍ਰੋਵਾਈਡ ਨਹੀਂ ਕਰਵਾਉਂਦੀ ਹੈਗੀ ਇਹ। ਓਕੇ ਵੈਸੇ ਵੀ ਆਪਾਂ ਨੂੰ ਐਕਟਿਵ ਕਰਾਉਣਾ ਪੈਂਦਾ ਕੈਮਰਾ, ਫਿਰ ਜਾ ਕੇ ਕੈਮਰਾ ਲੱਗਦਾ। ਓਕੇ 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 ਸੋ ਜਿੱਦਾਂ ਕਿ ਐਂਪਲੀਫਾਇਰ ਇਹਦੀ ਕੋਈ ਗਾਰੰਟੀ ਆਉਂਦੀ ਆ ਪਿੱਛੋਂ? ਨਹੀਂ ਇਹਦੀ ਗਾਰੰਟੀ ਕੋਈ ਗਾਰੰਟੀ ਨਹੀਂ। ਤੇ ਜਿਹੜੀ ਆਪਾਂ ਮਿਡ ਰੇਂਜ ਆ ਲਾ ਰਹੇ ਹਾਂ ਉਹਦੀ ਨਹੀਂ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ, ਮਤਲਬ ਕਿ ਉਦਾਂ ਬਿਲਕੁਲ ਉਹ ਆ। ਚਲੋ ਐਂਪਲੀਫਾਇਰ ਆ ਲੱਗਣ ਜਾ ਰਿਹਾ ਇਹਦੇ ਨਾਲ, ਜਿੱਦਾਂ ਕਿ ਤੁਹਾਨੂੰ ਡਿਟੇਲ ਦਿੱਤੀ। ਤੇ ਬਲੌਕ ਪੰਕ ਦਾ ਇਹ ਕੈਮਰਾ ਲਾ ਰਹੇ ਨੇ, ਕੰਪਨੀ ਬਹੁਤ ਵਧੀਆ ਬਲੌਕ ਪੰਕ ਦੀ। ਤੇ ਕੈਮਰਾ ਵੀ ਲਾ ਰਹੇ ਨੇ। ਪ੍ਰਾਈਸਿੰਗ ਦੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਨੂੰ ਦੱਸ ਦਾਂਗੇ, ਜੋ ਵੀ ਪ੍ਰਾਈਸ ਹੋਇਆ ਤੁਸੀਂ ਕੰਟੈਕਟ ਕਰਕੇ ਪੁੱਛ ਵੀ ਸਕਦੇ ਹੋ, ਇਹਨਾਂ ਦੀ ਦੁਕਾਨ ਤੇ ਆ ਵੀ ਸਕਦੇ ਹੋ। ਤੇ ਆ ਕੀ ਚੀਜ਼ ਆ ਵੀਰੇ ਮਿਊਜ਼ਿਕ ਦੇ ਵਿੱਚ? ਓਕੇ ਐਂਪ ਨੂੰ ਇਹਨੇ ਆਊਟਪੁੱਟ ਦੇਣੀ ਹੈ। ਓਕੇ ਓਕੇ ਜੋ ਵੀ ਹੈਗਾ। ਓਕੇ 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 ਜੀ। ਉਸ ਤੋਂ ਬਾਅਦ ਆਪਾਂ ਡੈਸ਼ਬੋਰਡ ਤੇ ਅਲਪਾਈਨ ਦੀ ਮਿਡ ਰੇਂਜ ਲਾ ਰਹੇ ਹਾਂ। ਓਕੇ ਆਪਾਂ ਇਹਦੀ ਓਵਰਲੁੱਕ ਦਿਖਾ ਸਕਦੇ ਹਾਂ। ਜਿੱਦਾਂ ਤੁਸੀਂ ਮੇਰੀ ਥਾਰ ਦੇ ਵਿੱਚ ਦੇਖਿਆ ਉਹਦੇ ਵਿੱਚ ਆਪਾਂ ਨੇ ਲਾਈਆਂ ਨੇ ਮਿਡ ਰੇਂਜ, ਸੇਮ ਹੀ ਇਹ ਜਾਂ ਆਪਣੀ ਹੋਰ ਆ ਕੋਈ? ਓਕੇ ਇਹ ਫੋਕਲ ਦੀਆਂ ਲਾਈਆਂ ਨੇ ਤੇ ਇਹ ਹੈਗੀਆਂ ਅਲਪਾਈਨ ਦੀਆਂ। ਇਹ ਮਿਡ ਰੇਂਜ ਆ, ਇੱਦਾਂ ਡੈਸ਼ਬੋਰਡ ਤੇ ਲੱਗਣੀ ਹੈ ਫਰੰਟ ਤੇ। ਇਹਦੇ ਨਾਲ ਜਿਹੜੀ ਮਿਊਜ਼ਿਕ ਦੀ ਇਨਹਾਂਸਮੈਂਟ ਹੋਰ ਹੁੰਦੀ ਹੋਣੀ ਹੈ ਨਾ। ਓਕੇ ਸੋ ਇਹਦੇ ਨਾਲ ਜਿਹੜੀ ਇਨਹਾਂਸਮੈਂਟ ਆ ਮਿਊਜ਼ਿਕ ਦੀ ਬਹੁਤ ਵਧੀਆ ਪ੍ਰੋਪਰ ਤਰੀਕੇ ਨਾਲ ਆ ਰਹੀ ਆ। ਕੋਈ ਆਪਾਂ ਇਹਦੇ ਵਿੱਚ ਐਕਸਟਰਾ DSP ਵਗੈਰਾ ਵੀ ਲਾ ਰਹੇ ਹਾਂ। ਓਕੇ 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 ਸੋ ਆਪਾਂ ਇਹਦੇ ਵਿੱਚ ਵਾਇਰਿੰਗ ਕਿੱਟ ਕਿਹੜੀ ਯੂਜ਼ ਕਰ ਰਹੇ ਹਾਂ? ਗੈਰਟ ਦੀ ਕੰਪਨੀ ਦੀ ਹੈ 4G ਵਾਇਰਿੰਗ ਕਿੱਟ ਹੈ ਇਹ। ਤੁਸੀਂ ਦੇਖ ਸਕਦੇ ਹੋ ਗੈਰਟ ਕੰਪਨੀ ਦੀ 4G's 1200 ਵਾਟ ਤੱਕ। ਇਹਦਾ ਕੀ ਮਤਲਬ ਹੁੰਦਾ 1200 ਵਾਟ ਤੱਕ? ਮਤਲਬ ਲੋਡ ਚੱਕ ਸਕਦੀ ਹੈ। ਹਾਂਜੀ ਓਕੇ ਓਕੇ ਹੁਣ ਇਹ ਲਾ ਲਓ ਕਿ ਆ ਵੀ ਮੋਨੋ ਐਂਪ ਲਾ ਰਹੇ ਆ। ਮੋਨੋ ਐਂਪ ਨੂੰ ਆਪਾਂ 8 ਗੇਜ ਪਾ ਰਹੇ ਆ, ਉਹ ਨਹੀਂ ਚੱਲਨੇ। ਓਕੇ ਓਕੇ ਆਪਾਂ 4G ਲਾਣੀ ਹੈ। ਠੀਕ ਹੈ ਠੀਕ ਹੈ ਠੀਕ ਹੈ। ਸੋ ਜਿੱਦਾਂ ਕਿ SQ ਸੈਟਅਪ ਹੈ, ਕੋਈ ਬੂਫਰ ਵਗੈਰਾ ਵੀ ਇੰਸਟਾਲ ਕਰਨਾ ਗੱਡੀ ਦੇ ਵਿੱਚ? ਬੇਸ ਟਿਊਬ ਇਹਨਾਂ ਨੂੰ ਨਾਰਮਲ ਬੇਸ ਚਾਹੀਦੀ ਹੈ, ਬੇਸ ਟਿਊਬ ਲਾਣੀ ਹੈ ਆਟੋ ਕੰਪਨੀ ਦੀ ਬਸ। ਠੀਕ ਹੈ ਠੀਕ ਹੈ। ਤੇ ਉਸ ਤੋਂ ਬਾਅਦ ਹੋਰ ਇਹਦੇ ਵਿੱਚ ਗੱਡੀ ਦੇ ਕੋਈ ਡੈਂਪਿੰਗ ਵਗੈਰਾ ਕੋਈ ਹੋਰ ਵੀ ਕੰਮ ਹੈਗਾ ਵਾ? ਨਹੀਂ ਹੈ ਜੀ, ਕੁਝ ਨਹੀਂ ਹੈਗਾ। ਓਕੇ ਸੋ ਜਿੱਦਾਂ ਕਿ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਆ ਕਿ ਕੰਮ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛਦੇ ਵੀ ਕਿੱਥੋਂ ਕਰਾਉਣਾ। ਸੋ ਮੈਂ ਹੁਣ ਕੰਮ ਮਿਊਜ਼ਿਕ ਵਰਲਡ ਤੋਂ ਕਰਾਉਣਾ। ਵਧੀਆ ਮਤਲਬ ਕਿ ਵਧੀਆ ਸੈਟਅਪ ਕਰਦੇ ਨੇ। ਤੇ ਹੋਰ ਵੀ ਅਸੈਸਰੀ ਬਹੁਤ ਵਧੀਆ ਪਈ ਆ, ਥਾਰ ਦੀ ਗ੍ਰਿਲ ਵੀ ਪਈ ਆ। ਤੇ ਆਹ ਮੁੰਡਾ ਹਰ ਇੱਕ ਵੀਡੀਓ 'ਚ ਤੁਸੀਂ ਦੇਖਦੇ ਉਹਨੂੰ, ਲਵ ਨੂੰ। ਤੇ ਇਹਨਾਂ ਦੇ ਕੋਲੇ ਬ੍ਰਾਂਡ ਦੇਖ ਲਓ, DD ਆਡੀਓ ਪਿਆ, ਪੰਚ ਪਿਆ, ਰੌਕਫੋਰਡ ਦਾ ਕਿੱਕਰ ਵੀ ਮਿਲ ਜੂਗਾ, ਪਾਵਰਵੇਸ। ਤੇ ਬਾਈ ਜੇ ਔਨ ਡਿਮਾਂਡ ਕਿਸੇ ਨੇ ਹਾਈ ਐਂਡ ਸਿਸਟਮ ਲਾਉਣਾ ਹੋਵੇ ਤਾਂ ਉਹਦਾ ਕੀ ਪ੍ਰੋਸੀਜਰ ਆ? ਤੁਸੀਂ ਬਸ ਮੈਨੂੰ ਇੱਕ ਦਿਨ ਪਹਿਲਾਂ ਦੱਸੋ ਮੈਂ ਤੁਹਾਨੂੰ ਆਰਡਰ ਕਰਕੇ ਆਪਣਾ ਮੰਗਾ ਦੇਣਾ। ਓਕੇ, ਮਤਲਬ ਕਿ ਆਪਣੇ ਕੋਲ ਇੱਥੋਂ ਹੀ ਹੋ ਸਕਦਾ ਸਭ ਕੁਝ, ਪੇਟੀ ਵਗੈਰਾ ਸਭ ਕੁਝ, ਬੂਫਰ ਸਭ ਬੂਫਰ। ਓਕੇ, ਸੋ ਜਿੱਦਾਂ ਕਿ ਇਹਨਾਂ ਨੇ ਦੱਸਿਆ ਤੇ ਬਾਕੀ ਹੁਣ ਆਪਾਂ ਸੈਟਅਪ ਦੇਖਦੇ ਹਾਂ, ਹਰ ਇੱਕ ਵੀਡੀਓ ਚ ਆਊਟਪੁੱਟ ਦੇਖਦੇ ਹਾਂ। ਵੀਰੇ ਤੁਹਾਡਾ ਕੋਈ ਇੰਸਟਾਗ੍ਰਾਮ ਤੇ ਪੇਜ ਹੈਗਾ? ਹਾਂਜੀ ਹਾਂਜੀ, musicworld.10 ਦੇ ਨਾਮ ਤੇ ਹੈਗਾ। musicworld.10 ਦੇ ਨਾਮ ਤੇ ਮੈਂ ਡਿਸਕ੍ਰਿਪਸ਼ਨ ਤੇ ਉੱਪਰ ਵੀ ਫਲੈਸ਼ ਵੀ ਕਰਾਂਗਾ, ਜਾ ਕੇ ਫੋਲੋ ਕਰ ਸਕਦੇ ਹੋ ਤੁਸੀਂ ਉੱਥੇ, ਤੇ ਬੈਟਰ ਡਿਟੇਲ ਲਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੇ ਹੁਣ ਆਪਾਂ ਦੇਖਦੇ ਹਾਂ ਥਾਰ ਦੇ ਵਿੱਚ ਕੀ ਕੰਮ ਹੋ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਅਸੈਸਰੀ ਵਗੈਰਾ ਸਾਰੀ ਇਹਨਾਂ ਕੋਲੇ ਹੈਗੀ ਆ ਇੱਥੇ, ਡੀਡੀ ਕੰਪੋਨੈਂਟਸ ਵਗੈਰਾ, ਮਿਟਸ ਵਗੈਰਾ ਵੀ ਹੈਗੀਆਂ ਨੇ। ਸੋ ਬਾਕੀ ਸੈਟਅਪ ਦੀ ਵੀਡੀਓ ਆਪਾਂ ਦੇਖਦੇ ਆ, ਬਣਾਉਂਦੇ ਆ। ਸੋ ਥਾਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਥਾਰ ਦੇ ਵਿੱਚ ਮਿਊਜ਼ਿਕ ਸਿਸਟਮ ਲੱਗਣ ਜਾ ਰਿਹਾ। ਆਪਣਾ ਬਾਈ ਮਨਪ੍ਰੀਤ ਲਾਉਣ ਜਾ ਰਿਹਾ। ਤੁਸੀਂ ਦੇਖਦੇ ਹੋ ਵਾਇਰਿੰਗ ਫਿਲਹਾਲ ਪੈ ਰਹੀ ਹੈ ਇਹਦੇ ਵਿੱਚ। ਸੋ ਇੱਕ ਪੇਅਰ ਇੱਥੇ ਲੱਗਣਾ ਆ ਡੀਐਸ 18 ਦਾ, ਜਿੱਦਾਂ ਕਿ ਆਪਾਂ ਦਿਖਾਇਆ, ਤੇ ਦੂਸਰਾ ਆਪਣਾ ਇੱਥੇ ਲੱਗਣਾ ਆ। ਬਾਕੀ ਬ੍ਰਦਰ ਨੇ ਕੋਈ ਇਹਦੇ ਵਿੱਚ ਐਕਸਟਰਾ ਨਹੀਂ ਕਰਵਾਉਣਾ ਹੈਗਾ, ਕੋਈ ਕੰਮ ਨਹੀਂ ਕਰਾਉਣਾ। ਤੇ ਵਾਇਰਿੰਗ ਕਿੱਟ ਤੁਸੀਂ ਦੇਖ ਸਕਦੇ ਹੋ ਜਿੱਦਾਂ ਮੈਂ ਤੁਹਾਨੂੰ ਦਿਖਾਈ ਆ ਫਰੰਟ ਤੇ, ਐਦਾਂ ਦੀ ਪਰਫੈਕਸ਼ਨ ਆ ਵਾਇਰਿੰਗ ਦੇ ਵਿੱਚ, ਪਿਓਰ ਕਾਪਰ। ਥੈਂਕ ਯੂ ਸੋ ਮੱਚ, ਮਿਲਦੇ ਆ ਨਵੇਂ ਵੀਡੀਓ ਦੇ ਨਾਲ। ਤੇ ਉਦੋਂ ਤੱਕ ਵੀਡੀਓ ਨਾਲ ਬਣੇ ਰਹੋ। ਆਊਟਪੁੱਟ ਮੈਂ man_creators ਤੇ ਅਪਲੋਡ ਕਰਾਂਗਾ। ਥੈਂਕ ਯੂ ਸੋ ਮੱਚ। ਆ ਵੀ ਲਵ ਕਰਦੇ ਫਿੱਟ, ਫਿਰ ਫਟਾਫਟ ਆਊਟਪੁੱਟ ਲਈਏ। ਹਾਂਜੀ, ਆਪਾਂ ਨੇ ਅੱਜ ਵੀਡੀਓ ਪੂਰੀ ਕੀਤੀ ਹੈ ਸੈਕੰਡ ਡੇ ਤੇ। NCS ਦਾ ਮਿਊਜ਼ਿਕ ਤੁਸੀਂ ਲਾ ਕੇ ਸੁਣਿਆ ਹੀ ਆ। ਤੇ ਪੰਜਾਬੀ ਮੈਂ ਆਪਣੇ man_creators ਇੰਸਟਾਗ੍ਰਾਮ ਤੇ ਪਾਵਾਂਗਾ। ਦੱਸਿਓ ਕਿੱਦਾਂ ਦੀ ਆਊਟਪੁੱਟ ਲੱਗੀ, ਤੇ ਹੋਰ ਵੀਡੀਓਜ਼ ਲਈ, ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ man_creators ਆਪਣਾ ਇੰਸਟਾਗ੍ਰਾਮ ਦਾ ਪੇਜ ਹੈਗਾ ਆ, ਉੱਥੇ ਜਾ ਕੇ ਫੋਲੋ ਕਰਿਓ। ਤੇ musicworld.10 ਆਪਣੇ ਮਿਊਜ਼ਿਕ ਵਰਲਡ ਵਾਲਿਆਂ ਦਾ ਪੇਜ ਆ ਇੰਸਟਾਗ੍ਰਾਮ ਤੇ, ਉਹਨੂੰ ਜਾ ਕੇ ਫੋਲੋ ਕਰੋ। ਥੈਂਕ ਯੂ।